ਚੁੰਨੀ ਨੇੜੇ ਸਿਰ ਕਪੜਾ ਪਿੰਡ ਕੋਲ ITC ਕੰਪਨੀ ਦੇ ਵੇਅਰ ਹਾਊਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਨੂੰ ਕਾਬੂ ਨਹੀਂ ਕਰ ਪਾਈਆਂ, ਜਿਸ ਕਾਰਨ ਦੂਸਰੇ ਸ਼ਹਿਰਾਂ ਤੋਂ ਗੱਡੀਆਂ ਮੰਗਵਾਉਣੀਆਂ ਪਈਆਂ ਨੇ। ਕੰਪਨੀ ਦੇ ਮਾਲਕ ਭਗਵੰਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ, ਜਿਸ ਕਾਰਨ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਜਿੱਥੇ ਅੱਗ ਲੱਗੀ ਸੀ ਉੱਥੇ 14-15 ਬੰਦੇ ਵੀ ਕੰਮ ਕਰ ਰਹੇ ਨੇ। ਦੂਜੇ ਮੁਲਾਜ਼ਮਾਂ ਦੀ ਹਿੰਮਤ ਨਾਲ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਤੋਂ ਇਲਾਵਾ ਜੋ ਸਪਲਾਈ ਵਾਲੇ ਟਰੱਕ ਅਤੇ ਹੋਰ ਵਹੀਕਲ ਖੜ੍ਹੇ ਸਨ ਉਹ ਅੱਗ ਦੀ ਲਪੇਟ ਵਿੱਚ ਆ ਗਏ। ਉਹਨਾਂ ਦੱਸਿਆ ਕਿ ਇਸ ਕੰਪਨੀ ਵਿੱਚ ਕੁਰਕਰੇ ਵੀਗੋ ਟਾਈਪ ਦੀਆਂ ਘਰਾਂ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ, ਜਿਨ੍ਹਾਂ ਨੂੰ ਤਿਆਰ ਕਰਨ ਲਈ ਕਰੋੜਾਂ ਰੁਪਏ ਦੀ ਇੰਡਸਟਰੀ ਲਗਾਈ ਗਈ ਸੀ, ਜੋ ਅੱਗ ਦੀ ਲਪੇਟ ਵਿੱਚ ਆ ਗਈ। ITC ਨੂੰ ਅਸੀਂ ਵੇਅਰ ਹਾਊਸ ਬਣਾ ਕੇ ਦਿੱਤਾ ਹੋਇਆ ਸੀ। ਅੱਛਾ। ਤੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਹੈ। ਕੀ ਸਮਾਨ ਸੀ ਅੰਦਰ? ਸਮਾਨ ਸਾਰਾ FMCG ਦਾ, ਜਿਹੜਾ ਕੁਰਕਰੇ ਬਿੰਗੋ ਵਗੈਰਾ ਇਸ ਟਾਈਪ ਦਾ ਮਟੀਰੀਅਲ ਹੈ, ਅਤੇ ਪਲੱਸ ਕਈ ਤਰ੍ਹਾਂ ਦੇ ਮਟੀਰੀਅਲ ਪਏ ਆ ਜਿਹੜੇ ਆਪਣੇ ਡੇਲੀ ਯੂਜ਼ ਹੁੰਦੇ ਆ ਘਰਾਂ ਦੇ ਵਿੱਚ। ਕਿਸ ਚੀਜ਼ ਨਾਲ ਸ਼ਾਰਟ ਸਰਕਟ ਹੋਇਆ ਜੀ? ਸ਼ਾਰਟ ਸਰਕਟ ਉੱਤੇ ਕੋਈ ਵਾਇਰ ਵਗੈਰਾ ਦਾ ਜਾਂ ਜੋ ਵੀ ਹੈਗਾ ਉਹਦੇ ਨਾਲ ਹੋਇਆ। ਅੰਦਰ ਕਿੰਨੇ ਕੁ ਮੁਲਾਜ਼ਮ ਸੀ? ਮੁਲਾਜ਼ਮ ਹੋਣਗੇ 15-20 ਮੁੰਡੇ ਸੀ, ਕੋਈ ਚੱਕਰ ਸੇਫ ਹੈ ਸਾਰੇ ਆਲਰੇਡੀ ਸੇਫ। ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਅੰਦਰ? ਕੋਈ ਗੱਡੀਆਂ ਨਾ ਕੁਛ ਨਹੀਂ, ਨਥਿੰਗ। ਉਹਦਾ ਸਮਾਨ ਦਾ ਔਰ ਬਿਲਡਿੰਗ ਦਾ ਸਾਰਾ ਖਤਮ। ਪ੍ਰਸ਼ਾਸਨ ਨੇ ਕਿੱਦਾਂ ਸਹਿਯੋਗ ਦਿੱਤਾ? ਬਹੁਤ ਸਾਰਾ ਸਮਾਨ ਕਿੰਨਾ ਕਰ ਜਾਂਦਾ? ਸਮਾਨ ਉਹ ਕਈ ਕਰੋੜ ਦਾ ਹੋ ਅਨਅਕਾਊਂਟਡ। ਇਸ ਸਬੰਧੀ ਥਾਣਾ ਬਡਾਲੀ ਵਾਲਾ ਸਿੰਘ ਦੇ ਮੁਖੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ, ਜਿਸ ਨੂੰ ਕਾਬੂ ਕਰਨ ਲਈ ਵੱਖ ਵੱਖ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਸਾਨੂੰ ਇੱਕ ਟੈਲੀਫੋਨ 'ਤੇ ਹੁਣੇ ਪਤਾ ਲੱਗਿਆ ਸੀ ਕਿ ਇੱਥੇ ਗੋਦਾਮ ਹੈ ਸਿਰ ਕੱਪੜੇ ਕੋਲ, ਉੱਥੇ ਅੱਗ ਲੱਗੀ ਆ। ਤੁਰੰਤ ਅਸੀਂ ਉਰੇ ਪਹੁੰਚੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਟਰੋਲ ਰੂਮ ਤੋਂ ਕਹਿ ਕੇ ਮੰਗਵਾਈਆਂ, ਲੇਕਿਨ ਅੱਗ ਬਹੁਤ ਜ਼ਿਆਦਾ ਹੈ। ਜਿਹੜੀਆਂ ਗੱਡੀਆਂ ਇੱਥੇ ਖਿਲਾਫ ਖੜੀਆਂ ਉਹਨਾਂ ਨੂੰ ਅਸੀਂ ਕਰੇਨਾਂ ਨਾਲ ਟੋਚਨ ਕਰਾ ਕੇ ਵੀ ਸਾਈਡ 'ਤੇ ਕਰਾ ਰਹੇ ਹਾਂ। ਕਿਹੜੀ ਕਿਹੜੀ ਜਗ੍ਹਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਾਈਆਂ ਨੇ? ਉਹ ਕੰਟਰੋਲ ਰੂਮ 'ਤੇ ਦੱਸਤਾ ਮੋਹਾਲੀ ਅਤੇ ਆਪਣਾ ਰਾਜਪੁਰਾ ਗੋਬਿੰਦਗੜ੍ਹ ਨੇੜੇ ਦੇ ਸਾਰੇ ਪਾਸੇ 'ਤੇ ਅਸੀਂ ਫਾਇਰ ਬ੍ਰਿਗੇਡ। ਕੀ ਨਾਮ ਸੀ ਫੈਕਟਰੀ ਦਾ? ਨਾਮ ਨਹੀਂ ਮੇਰੇ ਯਾਦ ਹੈ ਜੀ। ਕੀ ਕੁਛ ਆਈ ਸ਼ਾਇਦ ਵੀ ਨਾਮ ਨਹੀਂ ਮੇਰੇ ਯਾਦ ਜੀ। ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।